ਵੇਖੇਰਾ ਨੇ ਨਾ ਆਈਪੀਐਸ ਆਫੀਸਰਸ ਨੂੰ ਯੰਗ ਮੁੰਡੇ ਐ ਸਾਨੂੰ ਇਹਨਾਂ ਤੋਂ ਉਮੀਦਾਂ ਸਨ ਇਹ ਸਾਨੂੰ ਇਹ ਗੈਂਗਸਟਰਾਂ ਨੂੰ ਤਾਂ ਫੜ ਨਹੀਂ ਸਕਦੇ ਰੋਜ਼ ਮਰਡਰ ਦਿਨ ਦਿਹਾੜੇ ਹੋ ਰਹੇ ਐ ਰੋਜ਼ ਕਿਸੇ ਨੂੰ ਧਮਕੀ ਮਿਲ ਰਹੀ ਐ ਇਹਨਾਂ ਨੇ ਸਾਰਾ ਜ਼ੋਰ ਲਾਇਆ ਹੋਇਆ ਵੀ ਸਾਨੂੰ ਫੜ ਲੈ ਕਦੇ ਜੀਰਾ ਫੜ ਲਿਆ ਕਦੇ ਸਪਾ ਖੇਰਾ ਫੜ ਲਿਆ ਕਦੇ ਕੋਈ ਫਲਾਨਾ ਫੜ ਲਿਆ ਹੁਣ ਤਾਂ ਇਹ ਪੋਲ ਖੁੱਲਦੀ ਜਾ ਰਹੀ ਐ ਦਿਨ ਦਿਨ ਮੇਰੇ ਕਹਿਣ ਦਾ ਮਤਲਬ ਕਿਰਪਾ ਕਰਕੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕੀ ਉਮੀਦ ਕਰ ਸਕਦੇ ਹਾਂ ਤੁਹਾਡੇ ਤੋਂ ਅਸੀਂ ਲੋਕਾਂ ਤੋਂ ਵਰਦੀ ਧਰ ਵਿਅਕਤੀ ਤੋਂ ਕੀ ਉਮੀਦ ਕਰ ਸਕਦੇ ਹਾਂ ਕੀ ਜੀਰਾ ਕੋਈ ਕ੍ਰਿਮੀਨਲ ਹੈ ਕੀ ਜੀਰਾ ਕੋਈ ਗੈਂਗਸਟਰ ਹੈ ਜੀਰੇ ਨੂੰ ਤਾਂ ਉਲਟਾ ਧਮਕੀਆਂ ਆ ਰਹੀਆਂ ਤੇ ਤੁਸੀਂ ਜੀਰੇ ਨੂੰ ਫੜ ਕੇ ਹੀ ਰੋਪੜ ਦੀ ਜੇਲ੍ਹ ਚ ਭੇਜਤਾ ਤੇ ਕੀ ਕ੍ਰਾਈਮ ਕੀ ਕੀਤਾ ਪਰਚਾ ਕਿਹੜਾ ਹੈ ਜੇ ਜੀਰਾ ਧਰਨਾ ਲਾਊਗਾ ਧਰਨੇ ਚ ਗ੍ਰਿਫਤਾਰੀ ਦੇਣਾ ਚਾਹੁੰਦਾ ਸੀ ਤਾਂ ਉੱਥੇ ਲੈ ਲੈਂਦੇ ਨਹੀਂ ਗ੍ਰਿਫਤਾਰ ਕਰਨਾ ਸੀ ਤੁਸੀਂ ਬੇਲੇਬਲ ਸੀ ਉਹ ਛੱਡ ਦਿੰਦੇ ਤੁਸੀਂ ਇਹ ਸਾਬਤ ਕੀਤਾ ਕਿ ਬਹੁਤ ਵੱਡਾ ਕ੍ਰਾਈਮ ਜੁਰਮ ਜਿਵੇਂ ਕਿਸੇ ਤਕਸਰ ਉਹਨੂੰ ਫੜਨ ਚੱਲੇ ਹੈ ਉਹ ਉਵੇਂ ਜੀਰੇ ਨਾਲ ਬਿਹੇਵ ਕੀਤਾ ਇਹਨਾਂ ਲੋਕਾਂ ਨੇ ਇਹ ਡੈਮੋਕ੍ਰੇਸੀ ਹੈ ਕੋਈ ਗੱਲ ਨਹੀਂ ਇਹ ਮੈਨੂੰ ਲੱਗਦਾ ਮੇਰੀ ਜੀਰਾ ਸਾਹਿਬ ਦੇ ਸਾਥੀਆਂ ਨਾਲ ਗੱਲ ਹੋਈ ਉਹ ਕਹਿੰਦਾ ਇੰਨੀ ਚੜ੍ਹਦੀ ਕਲਾ ਸੀ ਉਹ ਕਹਿੰਦਾ ਮੈਂ ਜਾਊਂਗਾ ਅੰਦਰ ਹੀ ਮੈਂ ਜੇਲ੍ਹ ਹੀ ਵੇਖਿਆ ਵਾ ਔਰ ਅਸੀਂ ਤਾਂ ਕਿਹਾ ਵੀ ਇਹ ਤਿਆਰੀ ਸਾਰੇ ਰੱਖੋ ਇਹ ਜੇਲ੍ਹ ਜੂਲ ਵੇਖ ਕੇ ਉਹ ਫਿਰ ਬੰਦਾ ਪੱਕਾ ਹੋ ਜਾਂਦਾ ਸਮਾਂ ਤਾਂ ਆਉਂਦਾ ਜਾਂਦਾ ਰਹਿੰਦਾ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਆਫੀਸਰ ਸਾਹਿਬਾਨਾਂ ਨੂੰ ਹੁਣ ਉਹ ਗੱਲ ਨਹੀਂ ਚੱਲਣੀ ਵੀ ਫਲਾਣੇ ਨੇ ਸਿਫਾਰਿਸ਼ ਕਰਤੀ ਫਿਰ ਫਲਾਣੇ ਨੇ ਸਿਫਾਰਿਸ਼ ਕਰਤੀ ਸਮੇਂ ਬਦਲਦਾ ਰਹਿਣਾ ਇਹ ਕੰਮ ਨਾ ਕਰੋ ਇਹ ਚੰਗਾ ਨਹੀਂ ਲੱਗਦਾ ਇਹ ਸੂਟੇਬਲ ਨਹੀਂ ਲੱਗਦਾ ਕਿ ਇੱਕ ਯੰਗ ਆਈਪੀਐਸ ਆਫੀਸਰਸ ਔਰ ਜਿਨ੍ਹਾਂ ਦਾ ਬਹੁਤ ਚੰਗਾ ਕੈਰੀਅਰ ਹੋਵੇ ਔਰ ਡੀਜੀਪੀ ਸਾਹਿਬ ਉਹ ਬਿਲਕੁਲ ਸਰਕਾਰ ਦੇ ਅੱਗੇ ਗੋਡੇ ਟੇਕ ਕੇ ਤੇ ਹੱਥ ਖੜੇ ਕਰਕੇ ਜਿਵੇਂ ਨੀ ਡਾਊਨ ਕਰਕੇ ਖੜੇ ਹੋ ਜਾਂਦੇ ਆ ਵੀ ਜੋ ਕਰਾਉਣਾ ਸਾਥੋਂ ਕਰਾ ਲਓ ਇਹ ਕੰਮ ਨਾ ਕਰੋ ਇਹ ਨਵੀਆਂ ਜਿਹੜੇ ਰੀਤੀ ਰਿਵਾਜ਼ ਹੈ ਨਾ ਪਾਓ ਮੇਰੀ ਬੇਨਤੀ ਹੈ ਤੁਹਾਨੂੰ।